गुरदासपुर के पिंड औलख खुरद विच एक महिला ने सहुरे परिवार की दाज की मांग तो दुखी होकर जहरीली दवाई खा के आत्महत्या कर ली है। थाना श्री हरगोबिंदपुर की पुलिस ने मृतक के पेके परिवार के बयान के आधार से पति सस और दो द्योर से मामला दर्ज करके अगलेरी कार्रवाई शुरू कर दी है। आओ जानते हैं इस मौके मृतक महिला के परिवारिक मैंबर का की कहना है। 12 बजे 15 मिनट रेंदे सी ते कुड़ी का प्रौहना कहिंदा भी पापा फोन किया यह रीना ने दवाई खा ली। मैं क्यों वो कि दवाई खा ली आंदा कणक वाली मरी अं वेखी जा के सानू पहलों भी वो दबा पाते ही पैसे लिया बाहर जाना मुंडे ने कई टेंशन पाते रहे तो अं आते रब ने किदा की कुड़ी तुम दी कि रब ने जी दते आ छेवें महीने च बच्चे जान डे आ दो जोड़े होए पर दुख बहुत होया करते ही रेंदे सी पर चलो कुड़ी बड़े दिल वाली ही सानू मैनू दसदी नहीं ही भी एवें कोई पर उन्होंने बड़ा कुछ किया तो लास्ट हूँ दाज मंगते ही तो दाज दिता भी बथेरा तो पैसे मंगते ही बाहर जाना मुंडे ने उहदी सस जिहड़ी आ काफ़ी उत्ते दबाव पाउंदी ही तो उन्हूं टॉर्चर बहुत ज़्यादा करते ही तो उन्हें हुण ਸਾਨੂੰ ਦੱਸਿਆ ਹੀ ਨਹੀਂ ਕਦੀ ਕਿ ਮੈਨੂੰ ਇੰਨਾ ਟੌਰਚਰ ਕਰਦੇ ਆ ਅਤੇ ਕੀ ਵਾਕਿਆ ਹੈ ਜੇ ਸਾਰੀ ਪਤਾ ਹੋਈ ਕੱਲ੍ਹ ਦਾ ਵਾਕਿਆ ਇਹ ਹੋਇਆ ਵਾ ਵੀ ਇਹਨਾਂ ਨੇ ਸਵੇਰੇ ਉਹ ਝਗੜਾ ਕੀਤਾ ਵਾ ਬਹੁਤ ਜ਼ਿਆਦਾ ਮੰਨਦੇ ਨਹੀਂ ਹੈ ਪਰ ਗੁਨਾਹ ਕਰਕੇ ਤਾਂ ਕੋਈ ਵੀ ਨਹੀਂ ਮੰਨਦਾ ਹੁੰਦਾ ਇਹਨਾਂ ਨੇ ਝਗੜਾ ਬਹੁਤ ਜ਼ਿਆਦਾ ਕੀਤਾ ਵਾ ਪਤਾ ਨਹੀਂ ਇਹਨਾਂ ਨੇ ਕਿਹੜੀ ਇਹੋ ਜਿਹੀ ਗੱਲ ਕੀਤੀ ਜਾਂ ਕੀ ਕੰਮ ਇਹੋ ਜਿਹਾ ਕੀਤਾ ਕਿ ਜਿਹੜੇ ਉਹਨੇ ਨਿਆਣੇ ਨਹੀਂ ਦੇਖੇ ਪਰਿਵਾਰ ਨਹੀਂ ਵੇਖਿਆ ਨਾ ਸਾਡੇ ਨਾਲ ਗੱਲ ਕੀਤੀ ਕਿ ਇਹਨਾਂ ਨੇ ਕੀਤੀ ਅਤੇ ਇਹਨਾਂ ਨੇ ਵੀ ਚਲੋ ਉਹਨੇ ਤਾਂ ਨਹੀਂ ਕੀਤੀ ਇਹਨਾਂ ਨੇ ਵੀ ਨਹੀਂ ਕੀਤੀ ਜਦੋਂ ਉਹਨੇ ਮਤਲਬ ਕਿ ਇੱਦਾਂ ਕਰ ਲਿਆ ਇਹਨਾਂ ਤੋਂ ਦੁਖੀ ਹੋ ਕੇ ਵੀ ਦਵਾਈ ਖਾ ਲਈ ਜਿੱਦਾਂ ਅਤੇ ਇਹ ਇਹਨਾਂ ਨੇ ਇਹਨਾਂ ਨੇ ਸਾਨੂੰ ਦੱਸਿਆ ਨਹੀਂ ਪਹਿਲਾਂ ਵੀ ਉਹਨੇ ਦਵਾਈ ਖਾ ਲਈ ਇਹ ਪਹਿਲਾਂ ਇੱਧਰ ਉੱਧਰ ਲੈ ਕੇ ਤੁਰੇ ਫਿਰਦੇ ਰਹੇ ਜਦੋਂ ਇਹਨਾਂ ਦਾ ਇਰਾਦਾ ਹੀ ਮਾਰਨ ਦਾ ਸੀ ਤਾਂ ਉਹਨਾਂ ਨੇ ਦੱਸਣਾ ਕਿਉਂ ਸੀ ਸਾਨੂੰ ਅਤੇ ਫਿਰ ਜਦੋਂ ਉਹਦੀ ਡੈਥ ਹੋ ਗਈ ਸਾਨੂੰ ਉਦੋਂ ਦੱਸਿਆ ਇਹਨਾਂ ਨੇ ਕਿ ਇਹਦੀ ਡੈਥ ਹੋ ਗਈ ਆ। ਉੱਥੇ ਏ ਐੱਸ ਆਈ ਤਰਲੋਕ ਸਿੰਘ ਦਾ ਕੀ ਕਹਿਣਾ ਹੈ ਇਹ ਵੀ ਜ਼ਰਾ ਸੁਣੋ। ਸ਼ਾਮ ਤਲਾ ਮਿਲੀ ਵੀ ਉਹਨੇ ਮੈਂ ਕੋਈ ਵੀ ਲੜਕੀ ਨੇ ਚੰਦੀ ਕੌਰ ਨੇ ਦਵਾਈ ਖਾਧੀ ਹੈ ਅਤੇ ਮਤਲਬ ਔਲਖੁਰਦ ਗਏ ਉਹ ਡੈੱਡ ਬੋਡੀ ਲੈ ਕੇ ਡੈੱਡ ਹਾਊਸ ਰੱਖਿਆ ਗਿਆ ਜੋ ਅੱਜ ਮੁਕੱਦਮਾ ਦਰਜ ਕਰਕੇ 58/10/6/21 0306 ਲਾਤੀ ਆ ਆਪਣਾ ਪੋਸਟਮ ਕਰਾ ਰਹੇ ਹਾਂ ਜੋ ਵੀ ਰਿਪੋਰਟ ਮੁਤਾਬਕ ਵੱਧ ਜੁਰਮ ਕੀਤਾ ਜਾਊ। ਇਹਦੇ ਵਿੱਚ ਤੁਸੀਂ ਕੋਈ ਬੰਦੇ ਅਰੈਸਟ ਕੀਤੇ ਕੋਈ? ਨਹੀਂ ਅੱਜ ਨਹੀਂ ਅੱਜ ਹੀ ਮੁਕੱਦਮਾ ਦਰਜ ਆ ਅਰੈਸਟ ਹੁਣ ਜਾ ਕੇ ਇੱਕ ਆਪਣੇ ਕਰਾਂਗੇ ਕਾਰਵਾਈ। ਕਿੰਨੇ ਬੰਦੇ ਦੇ ਮੁਕੱਦਮਾ ਦਰਜ ਹੋਏ? ਇੱਕ ਲੜਕੀ ਦਾ ਘਰ ਵਾਲਾ ਦੋ ਦਿਓਰ ਦੇ ਇੱਕ ਸੱਸ ਦੇ ਇੱਕ ਉਹਦਾ ਸਾਰਾ। ਕਹਿੰਦੇ ਨੇ ਜਿਵੇਂ ਕਿਸੇ ਫੁੱਲ ਨੂੰ ਮਹਿਕਣ ਲਈ ਉਹਦਾ ਖਿੜ ਜਾਣਾ ਜ਼ਰੂਰੀ ਹੁੰਦਾ ਹੈ, ਉਵੇਂ ਹੀ ਕੋਈ ਰਿਸ਼ਤਾ ਨਿਭਾਉਣ ਲਈ ਉਹਦਾ ਮਿਲ ਜਾਣਾ ਜ਼ਰੂਰੀ ਹੁੰਦਾ ਹੈ। ਸੋ ਰਜਿਸਟਰ ਕਰੋ ਜੀ ਸਾਨੂੰ ਸਾਡੀ ਵੈਬਸਾਈਟ nrimb.com ਤੇ।